ਕਈ ਵਾਰੀ ਪੇਸ਼ੈਂਟ ਹੁੰਦੇ ਆ, ਕਈ ਵਾਰੀ ਜ਼ਿਆਦਾ ਸ਼ਰਾਬੀ ਹੁੰਦੇ ਆ, ਉਹ ਸਾਨੂੰ ਬੋਲਦੇ ਆ ਕਿ ਫਿਰ ਵੀ ਸਿਕਿਉਰਿਟੀ ਹੁੰਦੀ ਆ ਸਾਡੀ, ਸਿਕਿਉਰਿਟੀ ਪ੍ਰਬੰਧ ਪੂਰੇ ਹੈ। ਹਾਂਜੀ, ਤਾਂ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਹੈਗਾ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ, ਇਸ ਹਸਪਤਾਲ ਦੇ ਵਿੱਚ ਜਿਹੜੇ ਪ੍ਰਬੰਧ ਹੈਗੇ ਆ ਉਹ ਇਹ ਕਿ ਇੱਥੇ ਇੱਕ ਪੁਲਿਸ ਚੌਂਕੀ ਜਿਹੜੀ ਆ ਉਹ ਬਣੀ ਹੋਈ ਹੈ। ਜਦੋਂ ਹਸਪਤਾਲ 'ਚ ਅਸੀਂ ਐਂਟਰ ਕਰਦੇ ਹਾਂ ਤਾਂ ਇੱਕ ਪਾਸੇ ਐਮਰਜੈਂਸੀ ਦਾ ਗੇਟ ਹੈ, ਦੂਜੇ ਪਾਸੇ ਪੁਲਿਸ ਚੌਂਕੀ ਹੈ। ਜਦੋਂ ਵੀ ਲੋੜ ਪੈਂਦੀ ਰਾਤ ਨੂੰ ਤਾਂ ਉਸ ਵਕਤ ਪੁਲਿਸ ਇੱਥੇ ਪਹੁੰਚ ਜਾਂਦੀ ਹੈ। ਨਹੀਂ, ਸਾਡੀ ਡਿਊਟੀ ਤਾਂ 24 ਘੰਟੇ ਹੀ ਹੈ ਜੀ, ਅਤੇ ਪਰ ਉਹ ਡਿਊਟੀ ਸ਼ਿਫਟਾਂ ਵਾਈਜ਼ ਕਰਦੇ ਹਾਂ। ਜਿਵੇਂ ਹੁਣ ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ, ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਤੇ ਜੀ, ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ, ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਮੈਂ ਅੱਜ ਰਾਤ ਲਾਊਂਗਾ ਹੁਣ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ। ਹਾਂ, ਸਰਕਾਰੀ ਹਸਪਤਾਲ ਦੇ ਵਿੱਚ ਚੌਂਕੀ 'ਚ ਮੇਰੀ ਡਿਊਟੀ ਹੈ, ਡਿਊਟੀ ਅਫਸਰ ਹਾਂ ਮੈਂ। ਅਸੀਂ ਰਾਤ ਪੂਰੀ ਲਾਵਾਂਗੇ, ਸੁਬਹਾ 8 ਵਜੇ ਤੱਕ। ਰਾਤ ਦੇ 8 ਵਜੇ ਤੋਂ ਲੈ ਕੇ ਸੁਬਹਾ 8 ਵਜੇ ਤੱਕ ਸਟਾਫ ਹੁੰਦਾ ਹੈ, ਉਹਦੇ 'ਚ ਜ਼ਿਆਦਾਤਰ ਫੀਮੇਲਸ ਹੀ ਹੁੰਦੇ ਆ। 70-80% ਜਿਹੜਾ ਸਾਡਾ ਸਟਾਫ ਉਹ ਫੀਮੇਲ ਸਟਾਫ ਹੈ, ਜਿਨ੍ਹਾਂ ਨੂੰ ਆਪਾਂ ਇਹ ਚਾਹੁੰਦੇ ਹਾਂ ਕਿ ਸੁਰੱਖਿਆ ਜ਼ਿਆਦਾ ਤੋਂ ਜ਼ਿਆਦਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਰਾਤ ਨੂੰ ਕੋਈ ਅਣਉਚਿਤ ਘਟਨਾ ਨਾ ਵਾਪਰ ਸਕੇ। ਜਿਵੇਂ ਅੱਜ ਐਮਰਜੈਂਸੀ ਬਹੁਤ ਆਈ ਹੈਗੀ ਆ, ਅਤੇ ਅਸੀਂ ਇਸ ਕਰਕੇ ਇੱਥੇ ਖੜ੍ਹੇ ਹਾਂ, ਇਹਨਾਂ ਨੂੰ ਕੋਈ ਦਿੱਕਤ ਨਾ ਆਵੇ। ਜੇ ਕਈ ਵਾਰੀ ਪੇਸ਼ੈਂਟ ਦੇ ਨਾਲ ਕਾਫੀ ਬੰਦੇ ਆ ਜਾਂਦੇ ਆ, ਫਿਰ ਉਹਨਾਂ ਨੂੰ ਲੇਡੀ ਸਟਾਫ ਨੂੰ ਕੋਈ ਦਿੱਕਤ ਨਾ ਆਵੇ, ਅਤੇ ਉਸ ਕਰਕੇ ਅਸੀਂ ਉਹਨਾਂ ਨੂੰ ਬਾਹਰ ਕੱਢ ਦਿੰਦੇ ਹਾਂ ਪਹਿਲੇ ਤਾਂ। ਅਤੇ ਆਪਣੇ ਇੱਥੇ ਵੀ ਚੌਂਕੀ ਵੀ ਬਣੀ ਹੋਈ ਹੈ, ਤੁਹਾਨੂੰ ਲੱਗਦਾ ਕਿ ਇਹ ਸੁਰੱਖਿਆ ਬਾਕੀ ਵੀ ਸਾਰੇ ਇੰਸਟੀਟਿਊਸ਼ਨ 'ਚ ਹੋਣੀ ਚਾਹੀਦੀ ਹੈ? ਤੁਸੀਂ ਰਾਤ ਨੂੰ ਲੇਡੀ ਸਟਾਫ ਬਹੁਤ ਕੰਮ ਕਰਦੇ? ਨਹੀਂ, ਸਾਨੂੰ ਸੁਰੱਖਿਆ ਦੀ ਤਾਂ ਸਖ਼ਤ ਰਿਕੁਆਇਰਮੈਂਟ ਹੈਗੀ ਹੈ ਅਤੇ ਹੋਣੀ ਚਾਹੀਦੀ ਹੈ ਹਰ ਹੋਸਪਿਟਲ 'ਚ, ਹਰ ਛੋਟੇ ਤੋਂ ਲੈ ਕੇ ਵੱਡੇ ਹੋਸਪਿਟਲ ਤੱਕ ਇਸ ਚੀਜ਼ ਦਾ ਪ੍ਰਬੰਧ ਹੋਣਾ ਚਾਹੀਦਾ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਕਲਕੱਤਾ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਦੁਸ਼ਕਰਮ ਕੀਤਾ ਗਿਆ, ਉਸ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ, ਤਾਂ ਲਗਾਤਾਰ ਉਸ ਦਿਨ ਤੋਂ ਬਾਅਦ ਡਾਕਟਰਾਂ ਦਾ ਰੋਸ ਜਿਹੜਾ ਪੂਰੇ ਦੇਸ਼ 'ਚ ਦੇਖਣ ਨੂੰ ਮਿਲਿਆ। ਵੱਖ ਵੱਖ ਜਿਹੜੀਆਂ ਇਹਦੀ ਗੱਲ ਕਰ ਲਈਏ, ਵੱਖ ਵੱਖ ਜਥੇਬੰਦੀਆਂ ਹੋਣ ਜਾਂ ਜਿੰਨੇ ਵੀ ਡਾਕਟਰ ਹੈਗੇ ਆ, ਚਾਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈਗੀ ਹੈ, ਤਮਾਮ ਲਗਾਤਾਰ ਇਹਨਾਂ ਜਥੇਬੰਦੀਆਂ ਨੇ ਪ੍ਰੋਟੈਸਟ ਕੀਤਾ, ਡਾਕਟਰਾਂ ਨੇ ਆਵਾਜ਼ ਚੁੱਕੀ ਹੈ ਕਿ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ। ਬਠਿੰਡਾ ਏਮਸ ਇੰਸਟੀਚਿਊਟ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਗਿਆ, ਕਿਉਂਕਿ ਕੋਈ ਵੀ ਸਟੂਡੈਂਟ ਜਿਹੜੇ ਮੈਡੀਕਲ ਸਟੂਡੈਂਟ ਹੈਗੇ ਆ ਉਹ ਆਪਣੀ ਪੜ੍ਹਾਈ ਕਰਨ ਵਾਸਤੇ ਵੱਖ ਵੱਖ ਕਾਲਜਾਂ 'ਚ ਦੂਜੇ ਸੂਬਿਆਂ 'ਚ ਜਾਂਦੇ ਆ, ਉਹਨਾਂ ਦੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਈ ਜਾਵੇ। ਤੁਹਾਨੂੰ ਬਠਿੰਡਾ ਦੇ ਇਸ ਵਕਤ ਸਿਵਲ ਹੋਸਪਿਟਲ 'ਚ ਲੈ ਕੇ ਆਏ, ਹਾਲਾਂਕਿ ਜਿਹੜੇ ਤੁਹਾਨੂੰ ਦੱਸ ਦਈਏ 9 ਸਤੰਬਰ ਦਾ ਸਮਾਂ ਜਿਹੜਾ ਹੈਗਾ ਪੰਜਾਬ ਦੇ ਸਿਹਤ ਮੰਤਰੀ ਨੇ ਮੀਟਿੰਗ ਕੀਤੀ ਸੀ ਡਾਕਟਰਾਂ ਦੇ ਨਾਲ, ਉਹਨਾਂ ਨੇ ਕਿਹਾ ਸੀ ਕਿ 9 ਸਤੰਬਰ ਤੋਂ ਪੂਰੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਉਹ ਕੀਤੇ ਜਾਣਗੇ ਹਸਪਤਾਲਾਂ 'ਚ, ਸਿਕਿਉਰਿਟੀ ਮਰੀਜ਼ਾਂ ਦੀ ਹੋਵੇ, ਆਮ ਲੋਕਾਂ ਦੀ ਹੋਵੇ, ਸਟਾਫ ਦੀ ਹੋਵੇ, ਉਹਦੇ ਪੁਖਤਾ ਪ੍ਰਬੰਧ ਹੋਣਗੇ।
ਤਾਂ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਹੈਗਾ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ, ਇਸ ਹੋਸਪਿਟਲ ਦੇ ਵਿੱਚ ਜਿਹੜੇ ਪ੍ਰਬੰਧ ਹੈਗੇ ਆ ਉਹ ਹੈ ਕਿ ਇੱਥੇ ਇੱਕ ਪੁਲਿਸ ਚੌਂਕੀ ਜਿਹੜੀ ਹੈ ਉਹ ਬਣੀ ਹੋਈ ਹੈ, ਜਿੱਥੇ ਪੁਲਿਸ ਦੇ ਜਿਹੜੇ ਮੁਲਾਜ਼ਮ ਹੈਗੇ ਆ ਉਹ ਇੱਥੇ ਹੋਸਪਿਟਲ ਦੇ ਵਿੱਚ ਹੀ ਡਿਊਟੀ ਹੁੰਦੀ ਹੈ, ਚਾਹੇ ਉਹ ਮੋਰਨਿੰਗ ਦਾ ਸਮਾਂ, ਸਵੇਰ ਦਾ ਸਮਾਂ ਹੋਵੇ ਜਾਂ ਹੋਵੇ ਰਾਤ ਦਾ ਸਮਾਂ। ਇਹ ਚੌਂਕੀ, ਪੁਲਿਸ ਚੌਂਕੀ ਇੱਥੇ ਬਣੀ ਹੋਈ ਹੈ ਪਿਛਲੇ ਲੰਬੇ ਸਮੇਂ ਤੋਂ, ਕਿਉਂਕਿ ਵੱਖ ਵੱਖ ਜਗ੍ਹਾ ਤੋਂ ਜਿਹੜੇ ਮਰੀਜ਼ ਆਉਂਦੇ ਆ, ਚਾਹੇ ਐਕਸੀਡੈਂਟ ਕੇਸ ਹੋਵੇ, ਕੋਈ ਵੀ ਹੋਵੇ ਜਾਂ ਕਈ ਵਾਰੀ ਲੜਾਈ ਝਗੜਾ ਕੇਸ ਹੁੰਦਾ, ਤਾਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਤਾਂ ਕਿ ਬਠਿੰਡੇ ਦੇ ਹਸਪਤਾਲ ਦੀ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪੁਲਿਸ ਚੌਂਕੀ ਬਕਾਇਦਾ ਬਣੀ ਹੋਈ ਹੈ। ਇੱਕ ਵਾਰੀ ਬਾਹਰੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਅਸੀਂ ਬਾਹਰਲੇ ਸਾਈਡ ਦੇ ਵਿੱਚੋਂ ਵੀ, ਜਦੋਂ ਹੋਸਪਿਟਲ 'ਚ ਅਸੀਂ ਐਂਟਰ ਕਰਦੇ ਹਾਂ ਤਾਂ ਇੱਕ ਪਾਸੇ ਐਮਰਜੈਂਸੀ ਦਾ ਗੇਟ ਹੈ, ਦੂਜੇ ਪਾਸੇ ਪੁਲਿਸ ਚੌਂਕੀ ਹੈ। ਜਦੋਂ ਵੀ ਲੋੜ ਪੈਂਦੀ ਹੈ ਰਾਤ ਨੂੰ ਤਾਂ ਉਸ ਵਕਤ ਪੁਲਿਸ ਇੱਥੇ ਪਹੁੰਚ ਜਾਂਦੀ ਹੈ। ਤਾਂ ਇਹ ਮਕਸਦ ਸਾਡਾ ਇਹ ਹੈਗਾ ਕਿ ਜਿਹੜੀ ਸਿਕਿਉਰਿਟੀ ਦੀ ਗੱਲ ਜਿਹੜੀ ਉਹ ਕਹੀ ਜਾ ਰਹੀ ਹੈ ਵੀ ਸਿਕਿਉਰਿਟੀ ਜਿਹੜੇ ਪ੍ਰਬੰਧ ਆ ਹੋਣੇ ਚਾਹੀਦੇ। ਇਹ ਗੇਟ ਆ ਗਿਆ, ਤੁਸੀਂ ਦੇਖੋ ਪੁਲਿਸ ਚੌਂਕੀ ਦਾ, ਹੋਸਪਿਟਲ ਦੀ ਆ ਲਿਖਿਆ ਵੀ ਪੁਲਿਸ ਚੌਂਕੀ ਹਸਪਤਾਲ। ਦੂਜੇ ਪਾਸੇ ਗੇਟ ਹੈਗਾ ਐਮਰਜੈਂਸੀ ਦਾ ਗੇਟ ਹੈ, ਇਹ ਐਮਰਜੈਂਸੀ ਗੇਟ ਆ। ਇੱਥੋਂ ਅੰਦਰੋਂ ਚੱਲਦੇ ਹਾਂ, ਸਾਰੀ ਤਸਵੀਰਾਂ ਦਿਖਾਉਂਦੇ ਹਾਂ ਤੁਹਾਨੂੰ, ਕਿਉਂਕਿ ਸਿਕਿਉਰਿਟੀ ਦੀ ਇੱਕ ਵੱਡਾ ਇਸ਼ੂ ਖੜਾ ਹੋ ਰਿਹਾ ਕਿ ਮਰੀਜ਼ਾਂ ਦੀ, ਪਰਿਵਾਰਾਂ ਦੀ ਸਿਕਿਉਰਿਟੀ, ਜਿਹੜੀ ਇੱਥੇ ਨਰਸਾਂ ਸਟਾਫ ਜਿਹੜਾ ਹੈਗਾ ਉਹਨਾਂ ਦੀ ਸਿਕਿਉਰਿਟੀ ਦੇ ਪ੍ਰਬੰਧ ਜਿਹੜੇ ਆ ਉਹ ਹੋਣੇ ਚਾਹੀਦੇ ਆ। ਤਾਂ ਇੱਥੇ ਪੁਲਿਸ ਚੌਂਕੀ ਬਠਿੰਡਾ ਦੇ ਹੋਸਪਿਟਲ 'ਚ ਬਣੀ ਹੋਈ ਆ, ਜਿੱਥੇ ਬਕਾਇਦਾ ਪੁਲਿਸ ਦੇ ਮੁਲਾਜ਼ਮ ਆ। ਜਦੋਂ ਵੀ ਕੋਈ ਮਾਹੌਲ ਖਰਾਬ ਹੁੰਦਾ ਜਾਂ ਕਿਸੇ ਤਰੀਕੇ ਦੀ ਕੋਈ ਕਈ ਵਾਰੀ ਮਾਹੌਲ ਵਿਗੜ ਜਾਂਦਾ, ਅਤੇ ਇਹ ਵੀ ਵਾਰਡ ਹੈਗਾ, ਇੱਥੇ ਤੁਹਾਨੂੰ ਇਹ ਵੀ ਤਸਵੀਰ ਦਿਖਾ ਦਿੰਦੇ ਹਾਂ, ਇਸ ਵਾਰਡ ਦੇ ਵਿੱਚ ਵੀ ਜਿਹੜੇ ਮਰੀਜ਼ ਭਰਤੀ ਹੈਗੇ ਆ। ਤਾਂ ਇੱਥੇ ਪੁਲਿਸ ਚੌਂਕੀ ਜਿਹੜੀ ਬਣਾਈ ਗਈ ਇੱਕ ਵੱਡੀ ਰਾਹਤ ਵੀ ਹੈਗੀ ਹੈ, ਅਤੇ ਪੁਲਿਸ ਜਿਹੜੇ ਕਰਮਚਾਰੀ ਹੈਗੇ ਆ ਉਹ ਵੀ ਇੱਥੇ ਤੈਨਾਤ ਹੁੰਦੇ ਆ। ਕੋਈ ਕੇਸ ਆਉਂਦਾ ਤਾਂ ਉਸ ਵਕਤ ਮੌਕੇ ਦੇ ਉੱਤੇ ਜਿਹੜੀ ਸੁਰੱਖਿਆ ਉਹ ਨਾਲ ਦੀ ਨਾਲ ਮਿਲ ਜਾਂਦੀ ਹੈ, ਕੋਈ ਮਾਹੌਲ ਵਿਗੜਦਾ ਕਿਸੇ ਤਰੀਕੇ ਦੀ, ਯਾਨੀ ਸੁਰੱਖਿਆ ਜਿਹੜੇ ਕੜੇ ਪ੍ਰਬੰਧ ਹੈਗੇ ਆ ਉਹ ਫਿਲਹਾਲ ਬਠਿੰਡਾ ਦੇ ਜਿਹੜੇ ਸਰਕਾਰੀ ਹਸਪਤਾਲ 'ਚੋਂ ਕੀਤੇ ਗਏ ਆ। ਤਾਂ ਇੱਥੇ ਜਿਹੜਾ ਲੇਡੀ ਸਟਾਫ ਵੀ ਤੁਸੀਂ ਦੇਖ ਰਹੇ ਹੋ, ਜਿਹੜੇ ਸਟਾਫ ਦੀ ਇੱਥੇ ਡਿਊਟੀਆਂ ਲੱਗੀਆਂ ਹੋਈਆਂ, ਇਸ ਤੋਂ ਇਲਾਵਾ ਜਿਹੜੇ ਮਰੀਜ਼ ਹੈਗੇ ਆ ਦੂਜੇ, ਕਿਉਂਕਿ ਐਮਰਜੈਂਸੀ ਸੇਵਾਵਾਂ ਨੇ, ਐਮਰਜੈਂਸੀ ਸੇਵਾਵਾਂ ਲਗਾਤਾਰ ਚੱਲਦੀਆਂ। ਤਾਂ ਡਾਕਟਰ ਸਿਕਿਉਰਿਟੀ ਦੀ ਜਿਹੜੀ ਹੈ ਉਹ ਮੰਗ ਵੀ ਕਰਦੇ ਰਹੇ ਕਿ ਸਾਨੂੰ ਸਿਕਿਉਰਿਟੀ ਜਿਹੜੀ ਉਹ ਮਿਲਣੀ ਚਾਹੀਦੀ ਹੈ। ਤਾਂ ਇਹ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਨੂੰ ਦਿਖਾ ਰਹੀ ਹਾਂ, ਜਿੱਥੇ ਜਿੰਨੇ ਵੀ ਮਰੀਜ਼ ਭਰਤੀ ਹੁੰਦੇ ਆ, ਜਿਹੜੇ ਵੀ ਮਰੀਜ਼ ਆ ਉਹਨਾਂ ਦੇ ਸਟਾਫ ਹੋਵੇ ਜਾਂ ਆਮ ਤੌਰ 'ਤੇ ਜਿਹੜੇ ਮਰੀਜ਼ਾਂ ਦੇ ਰਿਸ਼ਤੇਦਾਰ ਆ, ਤਾਂ ਉਹਨਾਂ ਦੇ ਵਾਸਤੇ ਜਿਹੜੇ ਕਿਤੇ ਨਾ ਕਿਤੇ ਕਹਿ ਦਈਏ ਕਿ ਜਿਹੜੇ ਪ੍ਰਬੰਧ ਆ ਸੁਰੱਖਿਆ ਦੇ ਉਹ ਕੀਤੇ ਹੋਏ। ਸਭ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਆ ਜਿਹੜੇ, ਬਾਈ ਜੀ ਚੌਂਕੀ ਡਿਊਟੀ ਹੈ ਕਿੰਨੇ ਟਾਈਮ ਇੱਥੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪੱਕੀ ਡਿਊਟੀ ਹੁੰਦੀ ਹੈ, ਬਦਲ ਜਾਂਦੇ ਬੰਦੇ ਆਪਣੇ? ਨਹੀਂ, ਸਾਡੀ ਡਿਊਟੀ ਤਾਂ 24 ਘੰਟੇ ਹੀ ਹੈ ਜੀ, ਅਤੇ ਪਰ ਊਂ ਡਿਊਟੀ ਸ਼ਿਫਟਾਂ ਵਾਈਜ਼ ਕਰਦੇ ਹਾਂ। ਜਿਵੇਂ ਹੁਣ ਮੈਂ ਅੱਜ ਰਾਤ ਲਾਊਂਗਾ ਹੁਣ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ, ਹਾਂ ਸਰਕਾਰੀ ਹਸਪਤਾਲ ਦੇ ਵਿੱਚ ਚੌਂਕੀ 'ਚ ਮੇਰੀ ਡਿਊਟੀ ਹੈ, ਡਿਊਟੀ ਅਫਸਰ ਹਾਂ ਮੈਂ। ਅਸੀਂ ਰਾਤ ਪੂਰੀ ਲਾਵਾਂਗੇ ਸੁਬਹਾ 8 ਵਜੇ ਤੱਕ, ਅਤੇ ਸੁਬਹਾ 8 ਵਜੇ ਨੈਕਸਟ ਡਿਊਟੀ ਅਫਸਰ ਆ ਜੂਗਾ। ਬਾਕੀ ਸਾਡੀ ਫੋਰਸ ਜਿਹੜੀ ਐਕਸਟਰਾ ਫੋਰਸ ਆ ਉਹ ਹਰ ਟਾਈਮ ਹੀ ਤਤਪਰ ਰਹਿੰਦੀ, ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਫੋਰਸ ਆਉਂਦੀ ਆ। ਜਿਹੜੀ ਹੋਸਪਿਟਲ 'ਚ ਪੂਰੇ ਪ੍ਰਬੰਧ ਹੈਗਾ, ਕਿਤੋਂ ਵੀ ਕਿਸੇ ਵਾਰਡ 'ਚੋਂ ਪ੍ਰੋਬਲਮ ਆਉਂਦੀ ਹੈ ਤਾਂ ਨਾਲ ਦੀ ਨਾਲ ਪਹੁੰਚ ਜਾਂਦੇ? ਬਿਲਕੁਲ ਜੀ, ਨਾਲ ਦੀ ਨਾਲ ਇਹਨਾਂ ਦੀ ਆਪਦੀ ਪਾਸਕੋ ਦੀ ਸਿਕਿਉਰਿਟੀ ਹੈਗੀ, ਅਤੇ ਸਿਕਿਉਰਿਟੀ ਗਾਰਡ ਵੀ ਆ। ਪਰ ਜੇ ਦਿੱਕਤ ਆਉਂਦੀ ਅਸੀਂ 2 ਮਿੰਟ ਦੇ ਵਿੱਚ ਹੀ ਪਹੁੰਚਦੇ ਹਾਂ, ਅਸੀਂ ਪੂਰੀ ਰਾਤ ਜਾਗਦੇ ਰਹਾਂਗੇ। ਬੜੇ ਮਰੀਜ਼ ਵੀ ਕਿਸੇ ਨੂੰ ਕਈ ਵਾਰੀ ਤਕਲੀਫ ਹੁੰਦੀ ਹੈ ਜਾਂ ਕਈ ਵਾਰੀ ਕੋਈ ਉਹ ਮਦਦ ਲੈਣੀ ਚਾਹੁੰਦਾ ਤਾਂ ਚੌਂਕੀ ਪਹੁੰਚ ਜਾਂਦੇ, ਆਪ ਹੀ ਆ ਜਾਂਦੇ ਮਰੀਜ਼? ਹਾਂਜੀ ਹਾਂਜੀ, ਆ ਜਾਂਦਾ ਜੇ ਕਿਸੇ ਨੂੰ ਜ਼ਰੂਰਤ ਹੁੰਦੀ ਆ। ਸਾਡੇ ਕੋਲ ਆਉਂਦੇ ਵੀ ਹੈ, ਜਿਵੇਂ ਅੱਜ ਐਮਰਜੈਂਸੀ ਬਹੁਤ ਆਈ ਹੈਗੀ ਆ, ਅਤੇ ਅਸੀਂ ਇਸ ਕਰਕੇ ਇੱਥੇ ਖੜ੍ਹੇ ਹਾਂ, ਇਹਨਾਂ ਨੂੰ ਕੋਈ ਦਿੱਕਤ ਨਾ ਆਵੇ। ਜੇ ਕਈ ਵਾਰੀ ਪੇਸ਼ੈਂਟ ਦੇ ਨਾਲ ਕਾਫੀ ਬੰਦੇ ਆ ਜਾਂਦੇ ਆ, ਫਿਰ ਉਹਨਾਂ ਨੂੰ ਲੇਡੀ ਸਟਾਫ ਨੂੰ ਕੋਈ ਦਿੱਕਤ ਨਾ ਆਵੇ, ਅਤੇ ਉਸ ਕਰਕੇ ਅਸੀਂ ਉਹਨਾਂ ਨੂੰ ਬਾਹਰ ਕੱਢ ਦਿੰਦੇ ਹਾਂ ਪਹਿਲੇ ਤਾਂ। ਜੀ ਬਿਲਕੁਲ, ਲੇਡੀ ਸਟਾਫ ਵੀ ਇੱਥੇ ਹੈਗਾ, ਕਿਉਂਕਿ ਜ਼ਿੰਮੇਵਾਰੀ ਵੱਖ ਵੱਖ ਪਰਿਵਾਰਾਂ ਦੀ ਹੁੰਦੀ ਹੈ। ਜਿਹੜੇ ਸਟਾਫ ਹੈਗਾ, ਬੜੀ ਸਟ੍ਰਾਈਕ ਵੀ ਜਿਹੜੀ ਚੱਲਦੀ ਰਹੀ ਹੈ, ਤਾਂ ਜਿੰਨਾ ਲੇਡੀ ਸਟਾਫ ਹੈ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਉਹ ਕਹੀ ਜਾਂਦੀ ਹੈ ਵੀ ਤੁਹਾਨੂੰ ਜਿਹੜੀ ਪੂਰੀ ਸੁਰੱਖਿਆ ਜਿਹੜੀ ਹੈ ਉਹ ਕੀਤੀ ਜਾਊਗੀ। ਅਤੇ ਜਿੰਨੇ ਵੀ ਰਾਤ ਦਾ ਸਟਾਫ ਜਿਹੜਾ ਹੈਗਾ, ਜਿਹੜੇ ਡਾਕਟਰ ਨੇ ਰਾਤ ਨੂੰ ਜਿਹਨੇ ਡਿਊਟੀ ਹੈ, ਜਿੰਨੇ ਮਰੀਜ਼ ਹੈਗੇ ਆ, ਪ੍ਰੋਪਰ ਆ ਸਟਾਫ ਤੁਸੀਂ ਦੇਖ ਰਹੇ ਹੋ, ਰਾਤ ਦੇ ਵਕਤ ਇਹਨਾਂ ਦੀ ਡਿਊਟੀ ਹੁੰਦੀ ਹੈ, ਤਾਂ
ਇਹਨਾਂ ਮਹਿਲਾ ਡਾਕਟਰਾਂ ਦੇ ਨਾਲ ਖਾਸ ਕਰਕੇ ਤੁਸੀਂ ਦੇਖੋ ਜਿਹੜੀ ਇੱਕ ਵੱਡਾ ਇਸ਼ੂ ਖੜਾ ਹੋਇਆ ਸੀਗਾ ਕਲਕੱਤੇ ਤੋਂ ਬਾਅਦ, ਅਤੇ ਮਰੀਜ਼ਾਂ ਨੂੰ ਖੱਜਲ ਖੁਆਰੀ ਬਹੁਤ ਹੋਈ, ਪਰ ਕਿਤੇ ਨਾ ਕਿਤੇ ਸਿਕਿਉਰਿਟੀ ਦੀ ਜਿਹੜੀ ਗੱਲ ਹੈ ਉਹ ਵੀ ਸਾਹਮਣੇ ਆਉਂਦੀ ਹੈ। ਤਾਂ ਇੱਥੇ ਜਿਹੜੇ ਡਾਕਟਰ ਜਿਹਨੇ ਡਿਊਟੀ 'ਤੇ ਨੇ ਉਹਨਾਂ ਨੂੰ ਵੀ ਗੱਲ ਕਰਦੇ ਹਾਂ। ਮੈਡਮ, ਇੱਕ ਵੱਡਾ ਇਸ਼ੂ ਚੱਲਿਆ ਸੀਗਾ ਕਲਕੱਤੇ ਦਾ ਜੀ, ਸਿਕਿਉਰਿਟੀ ਦੀ ਮੰਗ ਉੱਠੀ ਹੈ ਡਾਕਟਰਾਂ ਦੇ ਬੜੇ ਵੱਡੇ ਲੈਵਲ ਤੋਂ, ਥੋੜ੍ਹਾ ਇੱਧਰ ਆ ਜੀ। ਅਤੇ ਆਪਣੇ ਇੱਥੇ ਵੀ ਚੌਂਕੀ ਵੀ ਬਣੀ ਹੋਈ ਹੈ, ਤੁਹਾਨੂੰ ਲੱਗਦਾ ਕਿ ਇਹ ਸੁਰੱਖਿਆ ਬਾਕੀ ਵੀ ਸਾਰੇ ਇੰਸਟੀਟਿਊਸ਼ਨ ਵਿੱਚ ਹੋਣੀ ਚਾਹੀਦੀ ਹੈ? ਤੁਸੀਂ ਰਾਤ ਨੂੰ ਲੇਡੀ ਸਟਾਫ ਬਹੁਤ ਕੰਮ ਕਰਦੇ? ਨਹੀਂ ਜਾਨ, ਸਾਨੂੰ ਸੁਰੱਖਿਆ ਦੀ ਤਾਂ ਸਖ਼ਤ ਰਿਕੁਆਇਰਮੈਂਟ ਹੈਗੀ ਹੈ ਅਤੇ ਹੋਣੀ ਚਾਹੀਦੀ ਹੈ ਹਰ ਹੋਸਪਿਟਲ 'ਚ, ਹਰ ਛੋਟੇ ਤੋਂ ਲੈ ਕੇ ਵੱਡੇ ਹੋਸਪਿਟਲ ਤੱਕ ਇਸ ਚੀਜ਼ ਦਾ ਪ੍ਰਬੰਧ ਹੋਣਾ ਚਾਹੀਦਾ। ਰਾਤ ਨੂੰ ਮੈਡਮ ਕਿੰਨੇ ਤੋਂ ਕਿੰਨੇ ਡਿਊਟੀ ਨਰਸ ਸਟਾਫ ਹੀ ਹੁੰਦਾ ਹੈ? ਉਹ ਵੀ ਡਿਊਟੀ ਸ਼ਿਫਟ ਬਦਲਦੀ ਰਹਿੰਦੀ ਹੈ? ਰਾਤ ਦੇ 8 ਵਜੇ ਤੋਂ ਲੈ ਕੇ ਸੁਬਹਾ 8 ਵਜੇ ਤੱਕ ਸਟਾਫ ਹੁੰਦਾ ਹੈ, ਉਹਦੇ 'ਚ ਜ਼ਿਆਦਾਤਰ ਫੀਮੇਲਸ ਹੀ ਹੁੰਦੀਆਂ। 70-80% ਜਿਹੜਾ ਸਾਡਾ ਸਟਾਫ ਹੈ ਉਹ ਫੀਮੇਲ ਸਟਾਫ ਹੈ, ਜਿਨ੍ਹਾਂ ਨੂੰ ਆਪਾਂ ਇਹ ਚਾਹੁੰਦੇ ਹਾਂ ਕਿ ਸੁਰੱਖਿਆ ਜ਼ਿਆਦਾ ਤੋਂ ਜ਼ਿਆਦਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਰਾਤ ਨੂੰ ਕੋਈ ਅਣਉਚਿਤ ਘਟਨਾ ਨਾ ਵਾਪਰ ਸਕੇ। ਇੱਥੇ ਹੁਣ ਕਿੱਦਾਂ ਦੇ ਪ੍ਰਬੰਧ ਹੈ ਜੀ? ਚੌਂਕੀ ਵੀ ਬਣੀ ਹੋਈ ਹੈ ਨਾਲ, ਕਾਫੀ ਰਾਹਤ ਹੈਗੀ ਇਸ ਚੀਜ਼ ਦੀ? ਹਾਂਜੀ, ਇਸ ਚੀਜ਼ ਦਾ ਕਾਫੀ ਫਾਇਦਾ ਹੈ ਜੀ। ਬਿਲਕੁਲ, ਇੱਥੇ ਮਰੀਜ਼ਾਂ ਦੀ ਵੀ ਤੁਹਾਨੂੰ ਤਸਵੀਰਾਂ ਦਿਖਾ ਦੇਣੇ, ਜਿਹੜੇ ਮਰੀਜ਼ ਹੈਗੇ ਆ, ਕਿਉਂਕਿ ਇਹ ਪੁਲਿਸ ਦਾ ਹੋਣਾ, ਸਿਕਿਉਰਿਟੀ ਦਾ ਹੋਣਾ ਬਹੁਤ ਜ਼ਰੂਰੀ ਹੈਗਾ। ਜਿਹੜੇ ਵੀ ਇੱਥੇ ਮਰੀਜ਼ ਭਰਤੀ ਹੁੰਦੇ ਆ ਤਾਂ ਉਹਨਾਂ ਨੂੰ ਵੀ ਇੱਕ ਕਹਿ ਸਕਦੇ ਹਾਂ ਕਿ ਥੋੜ੍ਹੀ ਰਾਹਤ ਹੁੰਦੀ ਹੈ, ਅਤੇ ਜਿੰਨੇ ਉਹਨਾਂ ਦਾ ਰਿਸ਼ਤੇਦਾਰ ਆ। ਤੁਹਾਡਾ ਮਰੀਜ਼ ਹੈ ਜੀ ਇੱਥੇ ਭਰਤੀ? ਅੱਛਾ, ਇੱਥੇ ਸੁਰੱਖਿਆ ਦੇ ਹੈਗੇ ਪ੍ਰਬੰਧ ਕੋਈ ਪੁਲਿਸ ਦੇ? ਇੱਥੇ ਚੌਂਕੀ ਬਣੀ ਹੋਈ ਹੈ, ਪ੍ਰਬੰਧ ਹੈਗੇ ਇੱਥੇ ਰਾਤ ਨੂੰ ਕੋਈ? ਹਾਂਜੀ ਹੈਗੇ ਆ ਜੀ, ਹੈਗੇ ਆ। ਹਾਂਜੀ, ਬੜਾ ਜ਼ਰੂਰੀ ਹੈ ਇਹ ਚੀਜ਼ਾਂ ਰਾਤ ਨੂੰ? ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਰੂਰੀ ਹੈ ਜੀ। ਲੇਡੀ ਸਟਾਫ ਬਹੁਤ ਹੁੰਦਾ ਹੈ? ਹਾਂਜੀ ਹੈਗਾ ਜੀ। ਹਾਂਜੀ, ਤੁਸੀਂ ਕਿੱਥੋਂ ਆਏ ਹੋ? ਅਸੀਂ ਵੀ ਇੱਥੋਂ ਹੀ ਆ ਜੀ, ਡੈਡੀ ਹੈ ਸਾਡਾ। ਹਾਂਜੀ, ਚਲੋ ਬਠਿੰਡੇ ਤਾਂ ਥਾਣੇ 'ਚ ਚੌਂਕੀ ਬਣੀ ਹੋਈ ਹੈ, ਤੇ ਹੋਰ ਵੀ ਤੁਹਾਨੂੰ ਲੱਗਦਾ ਹੋਣੀ ਚਾਹੀਦੀ ਹੈ? ਮਰੀਜ਼ਾਂ ਦੇ ਰਿਸ਼ਤੇਦਾਰ ਬਹੁਤ ਹੈਗੇ, ਤੁਸੀਂ ਲੇਡੀਜ਼ ਹੋ, ਕਈ ਵਾਰੀ ਬੱਚਿਆਂ ਨੂੰ ਵੀ ਆਣਾ ਪੈਂਦਾ? ਹਾਂਜੀ ਹਾਂਜੀ, ਜ਼ਰੂਰ ਜੀ, ਸਭ ਕੁਝ ਵਧੀਆ ਹੋਣਾ ਚਾਹੀਦਾ ਹੈ, ਸਾਰਾ ਕੁਝ ਪ੍ਰਬੰਧ ਹੋਣਾ ਚਾਹੀਦਾ ਹੈ। ਕਿਵੇਂ ਲੱਗਿਆ ਪ੍ਰਬੰਧ ਬਠਿੰਡੇ? ਬਹੁਤ ਵਧੀਆ ਜੀ, ਸਰਕਾਰੀ। ਹਾਂਜੀ, ਕਲਕੱਤੇ ਦੀ ਘਟਨਾ ਤੋਂ ਬਾਅਦ ਕਿਤੇ ਨਾ ਕਿਤੇ ਡਾਕਟਰ ਜਿਹੜੇ ਹੈਗੇ ਉਹ ਇਹ ਵੀ ਗੱਲ ਕਹਿ ਰਹੇ ਕਿ ਸਾਨੂੰ ਜਿਹੜੀ ਸੁਰੱਖਿਆ ਸਾਡੀ ਯਕੀਨੀ ਬਣਾਈ ਜਾਵੇ। ਤਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਬਠਿੰਡਾ ਦੇ ਵਿੱਚ, ਇਸ ਵਕਤ ਲੇਡੀ ਸਟਾਫ ਇੱਥੇ ਬਹੁਤ ਹੈਗਾ ਜਿਹੜੇ ਡਿਊਟੀ ਦੇ ਉੱਤੇ, ਵੱਖ ਵੱਖ ਸਟਾਫ ਜਿਹੜਾ ਤੈਨਾਤ ਹੈਗਾ, ਪਰ ਦੂਜੇ ਪਾਸੇ ਸੁਰੱਖਿਆ ਦੇ ਜਿਹੜੇ ਆ ਉਹ ਵੀ ਪ੍ਰਬੰਧ ਕੀਤੇ ਹੋਏ ਤਾਂ ਕਿ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਜਿਹੜੀ ਹੈ ਉਹ ਨਾ ਆਵੇ। ਤਾਂ ਇੱਥੇ ਨਰਸਿੰਗ ਸਟਾਫ ਵੀ ਹੈਗਾ, ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਹਾਂ ਅਸੀਂ ਗੱਲ ਕਰਨ ਦੀ ਇੱਕ ਵਾਰੀ, ਕਿਉਂਕਿ ਐਮਰਜੈਂਸੀ ਸੇਵਾ ਹੈਗੀ ਹੈ ਤਾਂ ਇਹਦੇ ਵਿੱਚ ਕੋਈ ਅਸੀਂ ਵਾਅਦਾ ਨਹੀਂ ਪਾਉਣਾ ਚਾਹੁੰਦੇ, ਕਿਉਂਕਿ ਇੱਥੇ ਮਰੀਜ਼ ਹੈ, ਇਨਫੈਕਸ਼ਨ ਦਾ ਡਰ ਰਹਿੰਦਾ ਤਾਂ ਬਹੁਤ ਪਰੇਸ਼ਾਨੀ ਖੜੀ ਹੁੰਦੀ ਹੈ। ਤਾਂ ਇਹ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੀਆਂ ਨੇ ਜਿੱਥੇ। ਅੱਛਾ ਗੁੜੀਆ, ਇੱਕ ਮਿੰਟ, ਤੁਹਾਨੂੰ ਲੱਗਦਾ ਜੀ ਕਲਕੱਤੇ ਦੀ ਘਟਨਾ ਜਿਹੜੀ ਵਾਪਰੀ ਹੈ, ਸਿਕਿਉਰਿਟੀ ਦੇ ਪ੍ਰਬੰਧ ਸਾਰੇ ਕਿਤੇ ਹੋਣੇ? ਤੁਸੀਂ ਵੀ ਡਿਊਟੀ ਕਰਨੀ ਹੈ, ਤੁਸੀਂ ਡਿਊਟੀ ਕਰਦੇ ਹੋ ਰਾਤ ਨੂੰ ਇੱਥੇ, ਤੁਹਾਨੂੰ ਪਤਾ ਕਲਕੱਤੇ ਜਿਹੜੀ ਵਾਪਰੀ ਘਟਨਾ, ਇੱਥੇ ਕਿੱਦਾਂ ਪ੍ਰਬੰਧ ਹੈ, ਜਿਹੜੇ ਥਾਣਾ ਬਣਿਆ ਹੋਇਆ ਉਹ ਥਾਣੇ ਦੀ ਹੈਗੀ ਹੈ, ਸਿਕਿਉਰਿਟੀ ਸਾਨੂੰ ਮਿਲਦੀ ਹੈਗੀ, ਬਟ ਕਈ ਵਾਰੀ ਪੇਸ਼ੈਂਟ ਹੁੰਦੇ ਆ, ਕਈ ਵਾਰੀ ਜ਼ਿਆਦਾ ਸ਼ਰਾਬੀ ਹੁੰਦੇ ਆ, ਉਹ ਸਾਨੂੰ ਬੋਲਦੇ ਆ ਕਿ ਫਿਰ ਵੀ ਸਿਕਿਉਰਿਟੀ ਹੁੰਦੀ ਹੈ ਸਾਡੀ, ਸਿਕਿਉਰਿਟੀ ਪ੍ਰਬੰਧ ਪੂਰੀ। ਹਾਂਜੀ ਜੀ, ਬਿਲਕੁਲ, ਇਹ ਨਰਸਿੰਗ ਸਟਾਫ ਹੈਗਾ। ਤਾਂ ਜੇਕਰ ਬਠਿੰਡਾ ਦੇ ਇਸ ਵਕਤ ਹੋਸਪਿਟਲ ਦੀ ਗੱਲ ਕਰ ਲਈਏ ਤਾਂ ਬਠਿੰਡਾ ਦੇ ਵਿੱਚ ਇਸ ਵਕਤ ਜਿਹੜੀ ਪੁਲਿਸ ਚੌਂਕੀ ਬਣੀ ਹੈ ਉਹਦਾ ਕਾਫੀ ਹੱਦ ਤੱਕ ਫਾਇਦਾ ਹੈਗਾ। ਜਿੰਨੇ ਮਰੀਜ਼ ਜਿਹੜੇ ਨੇ ਉਹ ਜਦੋਂ ਕੋਈ ਵੀ, ਕਈ ਵਾਰੀ ਬੰਦਾ ਪੈਨਿਕ ਹੋ ਜਾਂਦਾ ਤਾਂ ਉਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵਕਤ ਲਗਾਤਾਰ ਇਹ ਡਿਊਟੀ ਦੇ ਉੱਤੇ ਜਿਹੜੇ ਪੁਲਿਸ ਹੈਗੀ ਤੈਨਾਤ ਰਹਿੰਦੀ ਹੈ। ਇਹਨਾਂ ਕੁੜੀਆਂ ਨੂੰ ਵੀ ਆਪਣੀ ਨੌਕਰੀ ਡਿਊਟੀ ਇਹਨਾਂ ਨੇ ਕਰਨੀ ਹੈ, ਮਰੀਜ਼ਾਂ ਦਾ ਧਿਆਨ ਰੱਖਣਾ ਅਤੇ ਖੁਦ ਆਪਣੀ ਸੁਰੱਖਿਆ ਦੀ ਵੀ ਇਹ ਕਿਤੇ ਨਾ ਕਿਤੇ ਜ਼ਿੰਮੇਵਾਰੀ ਮੰਗਦੀ ਹੈ।
ਚਲੋ ਬਠਿੰਡਾ ਦਾ ਤਾਂ ਸਰਕਾਰੀ ਹਸਪਤਾਲ ਤੁਹਾਨੂੰ ਦਿਖਾਤਾ ਜਿੱਥੇ ਪੁਲਿਸ ਚੌਕੀ ਜਿਹੜੀ ਹੈ ਬਣੀ ਹੋਈ ਹੈ। ਉਮੀਦ ਹੈ ਕਿ ਇੱਕ ਵੱਡੀ ਮੰਗ ਜਿਹੜੀ ਹੈਗੀ ਹੈ ਉਹ ਪੰਜਾਬ ਦੀ ਸਰਕਾਰ ਤੋਂ, ਪੰਜਾਬ ਦੇ ਸਿਹਤ ਮੰਤਰੀ ਤੋਂ ਕੀਤੀ ਗਈ ਹੈ ਡਾਕਟਰਾਂ ਵੱਲੋਂ। ਉਹਨਾਂ ਨੇ ਕਿਹਾ ਕਿ 9 ਸਤੰਬਰ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ, 9 ਸਤੰਬਰ ਤੱਕ ਸਾਰੇ ਵੀ ਸੁਰੱਖਿਆ ਜਿਹੜੇ ਪ੍ਰਬੰਧ ਹੈਗੇ ਆ ਉਹ ਕਰੜੇ ਕੀਤੇ ਜਾਣਗੇ। ਜਿੱਥੇ ਵੀ ਲੇਡੀਜ਼ ਸਟਾਫ ਹੈਗਾ ਉੱਥੇ ਸਿਕਿਉਰਿਟੀ ਵਧਾਈ ਜਾਊਗੀ। ਪਰ ਬਠਿੰਡਾ ਦੇ ਜਿਹੜੇ ਹਾਲਾਤ ਆ ਤੁਹਾਨੂੰ ਦਿਖਾ ਦਿੱਤੇ ਆ, ਬਠਿੰਡਾ ਦੀ ਐਮਰਜੈਂਸੀ ਦੇ ਨਾਲ, ਹੋਸਪਿਟਲ ਦੇ ਨਾਲ ਬਿਲਕੁਲ ਜਿਹੜੀ ਪੁਲਿਸ ਚੌਂਕੀ ਬਣੀ ਹੋਈ ਹੈ ਅਤੇ 24 ਘੰਟੇ ਇੱਥੇ ਪੁਲਿਸ ਦੇ ਜਿਹੜੇ ਫੋਰਸ ਹੈਗੀ ਤੈਨਾਤ ਰਹਿੰਦੀ ਹੈ। ਪ੍ਰਾਈਵੇਟ ਸਿਕਿਉਰਿਟੀ ਵੀ ਹੈਗੀ ਹੈ, ਪਰ ਉਮੀਦ ਹੈ ਕਿ ਜਿਸ ਤਰੀਕੇ ਦੀ ਸਿਕਿਉਰਿਟੀ ਦੇ ਪ੍ਰਬੰਧ ਬਠਿੰਡਾ 'ਚ ਹੈਗੇ ਆ ਇਹ ਹੋਰ ਵੀ ਇਦੋਂ ਵਧੀਆ ਹੋਣੇ ਚਾਹੀਦੇ ਨੇ, ਵੱਧ ਫੋਰਸ ਤੈਨਾਤ ਹੋਣੀ ਚਾਹੀਦੀ ਹੈ, ਸਾਰੇ ਪ੍ਰਬੰਧ। ਹਾਲਾਂਕਿ ਲੋਕ ਸੰਤੁਸ਼ਟ ਹੈ, ਲੋਕ ਕਹਿ ਰਹੇ ਕਿ ਸਾਨੂੰ ਸੰਤੁਸ਼ਟੀ ਹੈ ਵੀ ਸਾਡੇ ਕੋਲ ਪੁਲਿਸ ਮੁਲਾਜ਼ਮ ਇੱਥੇ ਤੈਨਾਤ ਰਹਿੰਦੇ ਆ। ਕਈ ਵਾਰੀ ਮਰੀਜ਼, ਕਈ ਵਾਰੀ ਕੋਈ ਜਾਂ ਉਹਦੇ ਨਾਲ ਰਿਸ਼ਤੇਦਾਰ ਆ ਜਾਂਦੇ, ਰਾਤ ਵੇਲੇ ਕੋਈ ਚੀਜ਼ ਐਸੀ ਹੋ ਜਾਂਦੀ ਹੈ ਕਿ ਕਿਸੇ ਤਰੀਕੇ ਨਾਲ ਡਰਨੀ ਹੈ, ਇੱਕ ਵਾਰੀ ਆਵਾਜ਼ ਕਾਲ ਕਰਨ 'ਤੇ ਨਾਲ ਦੀ ਨਾਲ ਫੋਰਸ ਇੱਥੇ ਪਹੁੰਚ ਜਾਂਦੀ, ਜੇ ਤਸਵੀਰਾਂ ਤੁਹਾਨੂੰ ਦਿਖਾ ਵੀ ਦਿੱਤੀਆਂ। ਤਾਂ ਉਮੀਦ ਹੈ ਹੁਣ ਪੰਜਾਬ ਦੇ ਜਿਹੜੇ ਬਾਕੀ ਜਾਂ ਦੇਸ਼ ਦੇ ਜਿਹੜੇ ਬਾਕੀ ਰਹਿੰਦੇ ਹੋਸਪਿਟਲ ਨੇ ਜਾਂ ਇੰਸਟੀਟਿਊਸ਼ਨ ਹੈਗੇ ਆ ਉੱਥੇ ਵੀ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜੇ ਕਰੜੇ ਪ੍ਰਬੰਧ ਉਹ ਕੀਤੇ ਜਾਣ ਤਾਂ ਕਿ ਦੁਬਾਰਾ ਕਿਸੇ ਡਾਕਟਰ ਦੇ ਨਾਲ ਇਸ ਤਰੀਕੇ ਦੀ ਘਟਨਾ ਨਾ ਵਾਪਰੇ। ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ, ਰੋਜ਼ਾਨਾ ਸਪੋਕਸਮੈਨ, ਬਠਿੰਡਾ।